ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਆਪਣੇ ਬੜੇ ਹੀ ਬੀਸ ਕੇ ਮੁੰਡੇ ਦੇ ਵਿੱਚ ਸਾਡੇ ਜੋ ਕੌਮ ਕੇ ਆਪ ਜੀ ਦੇ ਨਾਲ ਕਿੰਨੇ ਡੂੰਘੇ ਵਿਚਾਰ ਸਾਂਝੇ ਕੀਤੇ ਹਨ। ਮੇਰੇ ਪਿਆਰੇ ਬੱਚੋ, ਅਸੀਂ ਵੀ ਤਕਰੀਬਨ ਆਪ ਜੀ ਨੂੰ ਜਦੋਂ ਅਸੈਂਬਲੀ ਹੁੰਦੀ ਹੈ ਤਾਂ ਇਹ ਦੱਸਦੇ ਹਾਂ ਕਿ ਮਾਂ ਬਾਪ ਦਾ ਸਤਿਕਾਰ ਕਰਨਾ ਔਰ ਉਹਨਾਂ ਦਾ ਕਹਿਣਾ ਮੰਨਣਾ, ਅੱਛੇ ਇਨਸਾਨ ਬਣਨਾ, ਤਾਂ ਕਿ ਅਸੀਂ ਕਲਗੀ ਘਰ ਜੋ ਅਸੀਂ ਮਿਸ਼ਨ ਹੈ ਜੋ ਉਹਨਾਂ ਦਾ ਜੋ ਮੈਸੇਜ ਹੈ ਉਸਨੂੰ ਅਚੀਵ ਕਰ ਪਾਈਏ, ਅੱਛੇ ਇਨਸਾਨ ਬਣ ਸਕੀਏ। ਵੀਰ ਜੀ ਨੇ ਡੇਲੀ ਲਾਈਫ ਦੇ ਵਿੱਚੋਂ ਉਹ ਬੱਚਿਆਂ ਦੀਆਂ ਉਹ ਅੱਛੀਆਂ ਮਹਾਨ ਸ਼ਖਸੀਅਤਾਂ ਦੀਆਂ ਤੁਹਾਨੂੰ ਐਗਜ਼ਾਮਪਲ ਦਿੱਤੀਆਂ ਨੇ ਕਿ ਸਹਿਜ ਪਾਠ ਕਰਨ ਦੇ ਨਾਲ, ਗੁਰਬਾਣੀ ਕਰਨ ਦੇ ਨਾਲ ਜਿਹੜੀ ਸਾਡੀ ਸੋਚ ਹੈ ਉਹ ਬਹੁਤ ਪੋਜ਼ਿਟਿਵ ਹੋ ਜਾਂਦੀ ਹੈ, ਸਾਡਾ ਸਾਡੇ ਅੰਦਰ ਹਿੰਮਤ ਆਉਂਦੀ ਹੈ, ਸਾਡੇ ਅੰਦਰ ਸਹਿਜਤਾ ਆਉਂਦੀ ਹੈ, ਸੰਤੋਖ ਆਉਂਦਾ ਹੈ ਔਰ ਅਸੀਂ ਸਮਾਜ ਦੀ ਭਲਾਈ ਵਾਸਤੇ ਆਪਣੀ ਤਾਂ ਭਲਾਈ ਸਾਡੀ ਆਪਣੇ ਆਪ ਹੀ ਹੋਏਗੀ ਜਦੋਂ ਅਸੀਂ ਚੰਗੇ ਰਸਤੇ 'ਤੇ ਚੱਲਾਂਗੇ, ਤਾਂ ਅਸੀਂ ਸਮਾਜ ਦੀ ਭਲਾਈ ਵਾਸਤੇ ਬੇਝਿਜਕ ਅੱਗੇ ਵੱਧਦੇ ਹਾਂ। ਔਰ ਇਹਨਾਂ ਇਹ ਵੀ ਦੱਸਿਆ ਕਿ ਫਰਕ ਹੈ ਅਕਾਲ ਅਕੈਡਮੀ ਦੇ ਵਿੱਚ ਔਰ ਬਾਕੀ ਸਕੂਲਾਂ ਦੇ ਵਿੱਚ। ਸਾਰੇ ਵਿੱਦਿਆ ਲੈ ਰਹੇ ਹਨ, ਆਈਕਿਊ ਅੱਛਾ ਹੈ, ਪਰ ਜੇ ਈ ਕਿਉਂ ਨਹੀਂ ਹੈ, ਸਪਿਰਚੁਅਲ ਕੁਐਸਚਨ ਨਹੀਂ ਹਨ, ਇਮੋਸ਼ਨਲ ਕੁਐਸਚਨ ਨਹੀਂ ਹੈ, ਇਮੋਸ਼ਨਲ ਅਟੈਚਮੈਂਟ ਨਹੀਂ ਹੈ, ਸਾਡੇ ਮਨ ਦੇ ਕੋਈ ਦਿਆ ਨਹੀਂ ਹੈ, ਦੂਸਰਿਆਂ ਵਾਸਤੇ ਸਤਿਕਾਰ ਨਹੀਂ ਹੈ, ਜੇ ਅਸੀਂ ਬਾਣੀ ਨੂੰ ਵਿਚਾਰ ਕੇ ਉੱਤੇ ਅਮਲ ਨਹੀਂ ਕਰਦੇ ਤਾਂ ਅਸੀਂ ਇਹ ਸਾਰੇ ਅੱਛੇ ਗੁਣਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਤਾਂ ਸਾਡੇ ਦੇ ਵਿੱਚ ਚੰਗੇ ਕਰਨ ਦੀ ਸਮਾਜ ਦੀ ਭਲਾਈ ਵਾਸਤੇ ਜਿਹੜੇ ਹੈ ਹਿੰਮਤ ਹੈ ਉਹ ਨਹੀਂ ਹੁੰਦੀ। ਤੋ ਇਹਨਾਂ ਕਾਰਨਾਂ ਕਰਕੇ ਹੀ ਜੋ ਪੰਜਾਬ ਹੈ ਜਿਹੜੇ ਸਾਡੇ ਪਰਿਵਾਰ ਉੱਤੇ ਜਾ ਰਹੇ ਹਨ, ਵੱਧ ਤੋਂ ਵੱਧ ਘਟਨਾਵਾਂ ਜਿਹੜੀਆਂ ਨੇ ਵਾਪਰ ਰਹੀਆਂ ਹਨ। ਮੇਰੇ ਕੋਲ ਸ਼ਬਦ ਨਹੀਂ ਹੈ ਕਿ ਵੀਰ ਜੀ ਇੰਨੀ ਗ੍ਰੇਟ ਪਰਸਨੈਲਿਟੀ ਹੈ ਔਰ ਇੰਨਾ ਮਹਾਨ ਕੰਮ ਕਰ ਰਹੇ ਹਨ। ਟੀਚਰਸ ਤਾਂ ਆਪਣੀ ਡੇਲੀ ਰੂਟੀਨ ਵਿੱਚ ਆਪ ਸਭ ਨੂੰ ਦੱਸਦੇ ਹਨ ਕਿ ਜਿਵੇਂ ਅਸੀਂ ਕਿੰਨੀ ਵਜੇ ਉਹਨਾਂ ਨੇ ਕੁਐਸਚਨ ਕੀਤੀ ਔਰ ਅਸੀਂ ਬੜੇ ਹੀ ਐਕਸਾਈਟਮੈਂਟ ਦੇ ਨਾਲ ਹੱਥ ਖੜਾ ਕੀਤਾ, ਪਰ ਉਹਨਾਂ ਨੇ ਵੀ ਪਰਖਿਆ ਕਿ ਬਹੁਤ ਘੱਟ ਜਿਹੜੇ ਬੱਚੇ ਨੇ ਉਹ ਵੇਖੇ ਵੇਖੇ ਹੀ ਹੱਥ ਖੜਾ ਕਰਦੇ ਹਨ, ਮੈਜੋਰਿਟੀ ਦੇ ਵਿੱਚ ਉਹ ਮਾਂ ਪਿਓ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਦੀ ਆਗਿਆ ਦਾ ਪਾਲਣ ਨਹੀਂ ਕਰਦੇ। ਮੈਂ ਵੀ ਦੱਸਿਆ ਕਿ ਅਸੀਂ ਪੰਜਾਬੀ ਜਿਹੜੇ ਹਾਂ ਬਿਨਾਂ ਸੋਚੇ ਜਿਹੜੇ ਅੱਛੇ ਲੱਗ ਜਾਂਦੇ ਹਾਂ, ਬਿਨਾਂ ਸੋਚੇ ਸਮਝੇ ਅਸੀਂ ਹਰ ਗੱਲ ਨੂੰ ਆਪਣੇ ਵੱਲੋਂ ਵਿਚਾਰਨਾ ਹੈ, ਗੁਰਬਾਣੀ ਸਾਨੂੰ ਰਸਤਾ ਵਿਖਾ ਰਹੀ ਹੈ। ਇੰਨੀ ਮਹਾਨ ਜੋ ਸ਼ਬਦ ਨੂੰ ਜੋ ਪਰਮਾਤਮਾ ਦਾ ਸਾਨੂੰ ਮਿਲਾਉਂਦੇ ਹਨ ਔਰ ਉਹਨਾਂ 'ਤੇ ਅਸੀਂ ਅਮਲ ਕਰੀਏ, ਉਹਨਾਂ ਦਾ ਸਤਿਕਾਰ ਕਰੀਏ। ਔਰ ਮੈਂ ਇਸਾ ਇਹਨਾਂ ਦਾ ਦੇਣ ਦੇਵਾਂ ਕਿ ਕਿਵੇਂ ਸਮੇਂ ਸਮੇਂ 'ਤੇ ਆ ਕੇ ਇਹਨਾਂ ਨੇ ਆਪ ਸਭ ਨੂੰ ਗਾਈਡ ਕੀਤਾ ਹੈ ਔਰ ਬਹੁਤ ਹੀ ਖੁਸ਼ੀ ਨਾਲ ਲਈ ਮੈਂ ਦੱਸਣਾ ਚਾਹੁੰਦੀ ਹਾਂ ਕਿ ਕਿੰਨੇ ਬੱਚੇ ਸਾਡੇ ਜਿਹੜੇ ਨੇ ਉਹ ਸੈਰ ਪਾਠ ਕਰ ਰਹੇ ਹਨ ਔਰ ਬਹੁਤ ਸਾਰੇ ਵਿਦਿਆਰਥੀਆਂ ਨੇ ਜੋ ਜੀ ਵੱਲੋਂ ਜਗਜੀਤ ਸਾਹਿਬ ਸੀ ਮੂਲ ਮੰਤਰ ਔਰ ਵਾਹਿਗੁਰੂ ਦੇ ਸੋਹਣੀ ਲਿਖਾਈ ਵਿੱਚ ਲਿਖਣ ਵਾਸਤੇ ਦਿੱਤਾ ਸੀ। ਬਹੁਤ ਸਾਰੇ ਬੱਚਿਆਂ ਨੇ ਬੜੀ ਸੋਹਣੀ ਲਿਖਾਈ ਦੇ ਨਾਲ ਉਸ ਨੂੰ ਲਿਖਿਆ ਹੈ। ਬੋਲੇ ਨਹੀਂ ਤਾਂ ਫਿਰ ਉਹ ਡਾਕਟਰ ਜੋ ਗੁਰਦੇ ਦੇਖਦੇ ਹਨ ਉਹ
ਕੁਝ ਕਰਦੇ ਹਾਂ ਅਸੀਂ ਉਹਨਾਂ ਵਰਗੇ ਬਣ ਜਾਵਾਂਗੇ। ਪਰ ਅਕਾਲ ਅਕੈਡਮੀ ਦਾ ਮਕਸਦ ਕੀ ਹੈ? ਅੱਛੇ ਆਫਿਸਰ ਬਣਨਾ, ਜਿਨ੍ਹਾਂ ਦੇ ਮਨ ਦੇ ਵਿੱਚ ਸਮਾਜ ਵਾਸਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਹੋਵੇ। ਜੋ ਨੈਗੇਟਿਵਿਟੀ ਹੈ, ਜੋ ਗਲਤ ਕੰਮ ਕਰਦੇ ਹਨ, ਉਹਨਾਂ ਨੂੰ ਰੋਕਣਾ, ਲੋਕਾਂ ਨੂੰ ਸੁਚੇਤ ਕਰਨਾ, ਆਪ ਅੱਛੇ ਰਸਤੇ 'ਤੇ ਚੱਲਣਾ ਅਤੇ ਦੂਸਰਿਆਂ ਨੂੰ ਵੀ ਉਹ ਰਸਤੇ ਵਾਸਤੇ ਸੁਚੇਤ ਕਰਨਾ, ਉਸਨੂੰ ਰਸਤਾ ਵਿਖਾਉਣਾ। ਇਸ ਕਰਕੇ ਯੂ ਆਲ ਆਰ ਵੈਰੀ ਲੱਕੀ ਪਰਸਨ ਐਂਡ ਯੂਰ ਪੇਰੈਂਟਸ ਆਰ ਆਲਸੋ ਵੈਰੀ ਲੱਕੀ ਹੋ ਸਰ ਕਨੈਕਟਡ ਵਿਦ ਅਕਾਲ ਅਕੈਡਮੀ ਐਂਡ ਬਿਕੋਜ਼ ਦੇ ਹੈਵ ਮਚ ਅੰਬੀਸ਼ਨਸ ਐਂਡ ਹੋਪਸ ਫਰੋਮ ਦਾ ਅਕਾਲ ਅਕੈਡਮੀ। ਯੂਰ ਪੇਰੈਂਟਸ ਆਰ ਵੈਲ, ਆਈ ਥਿੰਕ ਦੇ ਆਰ ਵੈਰੀ ਲੱਕੀ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਬੱਚੇ ਇੱਕ ਅੱਛੇ ਡੈਡੀਕੇਸ਼ਨ ਦੇ ਨਾਲ ਨਾਲ ਇੱਕ ਅੱਛਾ ਇਨਸਾਨ ਵੀ ਬਣ ਰਹੇ ਹਨ। ਤਕਰੀਬਨ ਜਦੋਂ ਵੀ ਮੈਂ ਆਨਰੇਬਲ ਡਾਕਟਰ ਪੀ ਜੀ ਦਾ ਕਈ ਵਾਰੀ ਉਹਨਾਂ ਦਾ ਲੈਕਚਰ ਸੁਣਦੀ ਹਾਂ ਤਾਂ ਉਹ ਉਹਨਾਂ ਦਾ ਇਹ ਹੁੰਦਾ ਹੈ, ਕੁਐਸਚਨ ਹੁੰਦਾ ਹੈ ਕਿ ਬਹੁਤ ਸਾਰੇ ਮਾਂ ਪਿਓ ਇਹ ਗੱਲ ਭੁੱਲ ਚੁੱਕੇ ਹਨ। ਹਮੇਸ਼ਾ ਉਹਨਾਂ ਦਾ ਇਹ ਕੁਐਸਚਨ ਹੁੰਦਾ ਹੈ ਕਿ ਤੁਸੀਂ ਅਸੀਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਹੈ, ਇੰਜੀਨੀਅਰ ਬਣਾਉਣਾ ਹੈ, ਪਰ ਇਹ ਕਦੇ ਵੀ ਕੁਐਸਚਨ ਨਹੀਂ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਛੇ ਇਨਸਾਨ ਬਣਾਉਣਾ ਹੈ। ਸਭ ਤੋਂ ਪਹਿਲਾਂ ਅਸੀਂ ਆਪਣੇ ਬੱਚਿਆਂ ਨੂੰ ਅੱਛੇ ਇਨਸਾਨ ਬਣਾਉਣਾ ਹੈ। ਮੈਮ ਇੱਕ ਮਿੰਟ, ਕੱਲ੍ਹ ਗਿਣਤੀ ਕੇਵਲ ਸਿੰਘ ਜੀ।